ਬਹੁਤ ਸੋਹਣਾ ਹੰਗਾਰਾ ਜੀ, ਮੈਨੂੰ ਬਹੁਤ ਚੰਗੇ ਲੱਗਦੇ ਹੈ ਤਪੇ ਦੇ ਬਰਨਾਲੇ ਦੇ ਸਾਰੇ ਲੋਕ, ਜਿੰਨੇ ਵੀ ਸ਼ਾਹੂਕਾਰ ਹੈ, ਜਿੰਨੇ ਵੀ ਖੇਤ ਮਜ਼ਦੂਰ ਹੈ, ਜਿੰਨੇ ਵੀ ਆਪਣੇ ਜ਼ਿਮੀਂਦਾਰ ਹੈ, ਮੈਂ ਉਹਨਾਂ ਦੀ ਸੇਵਾ ਕਰਦਾ, ਕੋਈ ਉਹਨਾਂ ਨੂੰ ਤਕਲੀਫ ਨਹੀਂ ਪਹੁੰਚਣ ਦਿੰਦਾ। ਅਤੇ ਮੇਰੇ ਸਮੇਂ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਜਿੱਥੇ ਕਿਸੇ ਨੂੰ ਸੱਟ ਲੱਗ ਸਕੇ ਜਾਂ ਕਿਸੇ ਨੂੰ ਤਕਲੀਫ ਹੋਵੇ। ਕੋਈ ਨਜਾਇਜ਼ ਤੁਹਾਡੇ ਉੱਤੇ ED ਦੀ ਰੇਡ ਨਹੀਂ ਪਈ, ਕੋਈ ਇਨਕਮ ਟੈਕਸ ਦੀ ਨਹੀਂ ਪਈ, ਕੋਈ ਪੁਲਿਸ ਦੇ ਛਾਪੇ ਨਹੀਂ ਪਏ। ਤੁਹਾਡੇ ਜਿਹੜੇ ਬੁਨਿਆਦੀ ਹੱਕ ਹੈ ਆਜ਼ਾਦੀ ਦੇ, ਉਹਨਾਂ ਨੂੰ ਮੈਂ ਤਕੜੇ ਹੋ ਕੇ ਉਹਨਾਂ ਦੀ ਹਿਫਾਜ਼ਤ ਕੀਤੀ ਹੈ ਅਤੇ ਕਰਦਾ ਰਿਹਾ। ਮਾਸਟਰ, ਤੁਸੀਂ MP ਪਹਿਲੀ ਵਾਰੀ ਬੜੀ ਲੋਕਾਂ ਨੇ ਜਿਤਾਇਆ, ਇਸ ਵਾਰੀ ਚੋਣ ਮੈਦਾਨ ਵਿੱਚੋਂ ਕਿਸ ਤਰ੍ਹਾਂ ਦਾ ਲੋਕਾਂ ਦਾ ਸਾਥ ਮਿਲ ਰਿਹਾ ਸੀ, ਕਿਉਂ ਕਿਸ ਪਾਰਟੀ ਤੁਸੀਂ ਆਪਣੇ ਕੰਪੀਟੀਟਰ ਮੰਨਦੇ ਹੋ? ਮੇਰੀ ਪਾਰਟੀ ਦਾ ਕੰਪੀਟੀਟਰ ਕੋਈ ਹੈ ਨਹੀਂ ਗਾ, ਇਹ ਸ਼ਾਇਦ ਪ੍ਰੈਸ ਹੋ ਸਕਦੀ ਹੈ ਪਰ ਹੋਰ ਤਾਂ ਕੋਈ ਹੈ ਨਹੀਂ ਗਾ। ਕਿਉਂਕਿ ਹੁਣ ਜ਼ਿਆਦਾਤਰ ਸਾਰੇ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਗਏ ਜਾ ਚੁੱਕੇ ਨੇ, ਮੌਜੂਦਾ ਮੰਤਰੀ ਉਮੀਦਵਾਰ ਵੀ ਹੈ, ਸੁਖਪਾਲ ਸਿੰਘ ਖਹਿਰਾ ਵੀ ਆ ਗਏ ਨੇ ਜਿਹੜੇ ਤੁਹਾਡੇ ਨਾਲ ਕਈ ਪੇਜਾਂ ਦੇ ਵੀ ਹੁੰਦੇ ਰਹੇ ਨੇ ਸਾਂਝੇ ਮੋਰਚੇ ਵਿੱਚ। ਕੋਈ ਨਹੀਂ, ਕੋਈ ਵੀ ਆ ਜੇ, ਮੇਰਾ ਮਤਲਬ ਉਹਨਾਂ ਦਾ ਫਰਜ਼ ਹੈ ਇੱਥੇ ਆ ਕੇ ਇਲੈਕਸ਼ਨ ਲੜਨੇ, ਤਾਂ ਸਾਰੇ ਮੋਦੀ ਸਾਹਿਬ ਵੀ ਆ ਸਕਦੇ ਹੈ, ਸੋਨੀਆ ਜੀ ਵੀ ਆ ਸਕਦੇ ਹੈ, ਪ੍ਰਿਯੰਕਾ ਜੀ ਵੀ ਆ ਸਕਦੇ ਹੈ, ਕੋਈ ਵੀ ਆ ਸਕਦਾ। ਅਤੇ ਇਹ ਤਾਂ ਇਲੈਕਸ਼ਨ ਦਾ ਮੇਰਾ ਮਤਲਬ ਹੈ ਕਿ ਦਸਤੂਰ ਹੈ ਕਿ ਕੋਈ ਵੀ ਆ ਕੇ ਇਲੈਕਸ਼ਨ ਲੜ ਸਕਦਾ। ਸੋ ਜੀ ਆਇਆਂ ਨੂੰ, ਸਾਰਿਆਂ ਨੂੰ ਜਿੰਨੇ ਵੀ ਆਏ ਹੈ। ਇੱਕ ਕਿਸਾਨਾਂ ਦੇ ਉੱਤੇ ਬਹੁਤ ਜਬਰ ਹੋ ਰਿਹਾ ਹੈ, ਅਤੇ ਜਿਹੜੇ ਇਹ ਵਪਾਰੀ ਹੈ ਉਹਨਾਂ ਦੀ ਵੀ ਮੰਡੀਆਂ ਦੇ ਵਿੱਚੋਂ ਜਿਹੜੀ ਕਣਕ ਹੈ ਉਹ ਵੱਡੇ ਵੱਡੇ ਸ਼ਾਹੂਕਾਰ ਖਰੀਦ ਕੇ ਲੈ ਕੇ ਜਾ ਰਹੇ ਹੈ। ਥੋੜ੍ਹੇ ਚਿਰ ਦੇ ਵਿੱਚ ਜਿਹੜੇ ਵੀ ਸਾਡੇ ਮੰਡੀਆਂ ਵਾਲੇ ਲਾਲੇ ਬਾਣੀ ਹੈਗੇ ਹੈ ਉਹਨਾਂ ਨੂੰ ਵੀ ਬਹੁਤ ਵੱਡੀ ਸੱਟ ਮਿਲੂਗੀ, ਜਿਹਦਾ ਇਹ ਮੈਨੂੰ ਫਿਕਰ ਹੈ। ਅਤੇ ਪਰ ਇਸ ਤਰ੍ਹਾਂ BJP ਅਤੇ RSS ਦੀ ਪੋਲਿਸੀ ਹੈ ਕਿ ਵੱਡੇ ਜਿੰਨੇ ਵੀ ਕਰੋੜਾਂਪਤੀ ਹੈ ਉਹਨਾਂ ਨੂੰ ਅੱਗੇ ਰੱਖਣਾ, ਅਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮੁਫਾਦ ਹੈ ਉਹਨਾਂ ਨੂੰ ਅੱਗੇ ਰੱਖ ਕੇ ਚੱਲਣਾ ਹੈਗਾ। ਜਿਹੜਾ ਛੋਟਾ ਆਦਮੀ ਹੈ, ਗਰੀਬ ਹੈ ਅਤੇ ਕਿਸਾਨ ਹੈ, ਉਹਦੇ ਵੱਲ ਇਸ ਪਾਰਟੀ ਦੀ ਨਿਗਾਹ ਨਹੀਂ ਹੈ। ਔਰ ਮੋਦੀ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਕਿ ਘਰ ਘਰ ਨੌਕਰੀ ਦੇਣਗੇ, ਅਤੇ ਉਹ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੋਈ ਪਈ ਹੈ। ਸਭਾ ਹਲਕਾ ਸੰਗਰੂਰ ਦੀ ਗੱਲ ਕਰਦੇ ਹਾਂ, ਪਹਿਲਾਂ ਤੁਸੀਂ MP ਰਹੇ ਹੋ, ਕਿਹੜੇ ਜੋ ਵੀ ਕੰਮ ਜਿਹੜੇ ਤੁਸੀਂ ਸ਼ੁਰੂ ਕੀਤੇ ਸੀ ਜਾਂ ਕਰਨ ਵਾਲੇ ਅਧੂਰੇ ਰਹਿ ਗਏ, ਜਿਹੜੇ ਆਉਣ ਵਾਲੇ ਸਮੇਂ ਦੇ ਲੋਕਾਂ ਦੇ ਪੂਰੇ ਕੀਤੇ ਜਾਣਗੇ? ਮੈਂ ਤਾਂ ਜੀ 5 ਸਾਲ ਜਦੋਂ ਪਹਿਲਾਂ ਸੀ ਪੂਰੇ ਕਰਕੇ ਗਿਆ ਸੀ, ਸਾਰੀਆਂ ਸੜਕਾਂ ਬਣਾ ਦਿੱਤੀਆਂ ਸੀਗੀਆਂ, ਰੁੱਖ ਲਗਵਾ ਤੇ ਸੀਗੇ, ਇਹ ਜਿੰਨੀਆਂ ਵੀ ਗਊਸ਼ਾਲਾ ਸੀ ਉਹਨਾਂ ਨੂੰ ਉਹ ਦਿੱਤਾ ਸੀਗਾ, ਇਹ ਗ੍ਰਾਂਟਸ ਦਿੱਤੇ ਸੀ, ਮੁਸਲਮਾਨਾਂ ਦੀਆਂ ਜਿਹੜੀਆਂ ਇਹ ਕਬਰਿਸਤਾਨ ਸੀ ਚਾਰ ਦੀਵਾਰੀ ਕਰਾਤੀ ਸੀ, ਜਿਹੜੇ ਰੰਗਰੇਠੇ ਸਿੱਖ ਸੀ ਉਹਨਾਂ ਦੀਆਂ ਧਰਮਸ਼ਾਲਾ ਬਣਵਾਤੀਆਂ ਸੀਗੀਆਂ। ਕੋਈ ਵਰਗ ਨਹੀਂ ਰਿਹਾ ਜਿਸ ਦੀ ਮੈਂ ਸੇਵਾ ਨਹੀਂ ਕੀਤੀ, ਪਹਿਲਾਂ ਵੀ ਅਤੇ ਹੁਣ ਵੀ 1.5 ਸਾਲ ਦੇ ਵਿੱਚ ਮੈਂ ਛੇਤੀ ਜਿੰਨਾ ਵੀ ਮੇਰੇ ਕੋਲ ਪੈਸਾ 9 ਕਰੋੜ ਸੀਗਾ ਮੈਂ ਪੂਰਾ ਖਰਚ ਕੇ ਅਤੇ ਮੋਦੀ ਸਾਹਿਬ ਨੂੰ ਕਿਹਾ ਮੈਨੂੰ ਹੋਰ ਦਿਓ, ਕਿਉਂ ਕਰਕੇ ਗਰੀਬੀ ਸਾਡੇ ਕੋਲ ਬਹੁਤ ਜ਼ਿਆਦਾ ਹੈਗੀ ਹੈ।
ਅਤੇ ਗਰੀਬੀ ਤੁਸੀਂ ਤੋੜਨਾ ਚਾਹੁੰਦੇ ਹੋ ਪਰ ਇਹਦਾ ਲੱਕ ਨਹੀਂ ਟੁੱਟਿਆ, ਕਿਉਂ ਕਰਕੇ ਗਰੀਬਾਂ ਦੇ ਕੋਲ ਘਰ ਹੈ ਨਹੀਂ ਗਏ, ਟੁੱਟੇ ਫੁੱਟੇ ਹੈ, ਨੌ ਖੜ੍ਹੇ ਕਰਤੇ ਹੈ ਜੀ, ਦੋ ਹਰਿਆਣੇ ਦੇ ਵਿੱਚ ਕੀਤੇ ਹੈਗੇ ਹੈ, ਅਤੇ ਬਾਕੀ ਦੀਆਂ ਸੀਟਾਂ ਵੀ ਹੁਣ 4-5 ਦਿਨਾਂ 'ਚ ਅਸੀਂ ਭਰ ਦੇਣੀਆਂ ਹੈਗੀਆਂ ਸਾਰੀਆਂ 14 ਸੀਟਾਂ 'ਤੇ ਪੰਜਾਬ ਦੇ ਵਿੱਚ ਅਸੀਂ ਇਲੈਕਸ਼ਨ ਲੜ ਰਹੇ ਹਾਂ। ਉਹਦਾ ਜੀ ਮੈਂ ਬਹੁਤ ਪਿੱਛਾ ਕੀਤਾ ਸੀਗਾ ਪਰ ਉਹਨਾਂ ਨੇ ਕਾਮਰੇਡਾਂ ਨੇ ਇੱਕ ਕਮੇਟੀ ਬਣਾ ਲਈ ਸੀਗੀ ਜਿਹੜੀ ਅੱਗੇ ਗੱਲ ਚੱਲਣ ਨਹੀਂ ਦਿੱਤੀ। ਮੈਂ ਮੈਂਬਰ ਪਾਰਲੀਮੈਂਟ ਸੀ, ਮੈਂ ਤਾਂ ਡਿਪਟੀ ਕਮਿਸ਼ਨਰ ਨੂੰ ਵੀ ਕਿਹਾ ਸੀਗਾ ਕਿ ਇਹ ਜਿਹੜੇ ਮੌਤ ਦੇ ਹੱਥ ਆਏ ਹੈ ਇਹ ਗਰੀਬ ਆਦਮੀ ਹੈ, ਇਹਨਾਂ ਦੇ ਮਾਂ ਪਿਓ ਕੋਲ ਮੈਂ ਸਾਰਿਆਂ ਕੋਲ ਗਿਆ, ਬਿਰਧ ਹੈ, ਉਹ ਖਾਣਾ ਪੀਣਾ ਕਿਵੇਂ ਕਰਨਗੇ, ਕਿਉਂ ਕਰਕੇ ਉਹਨਾਂ ਦੇ ਕਮਾਉਣ ਵਾਲੇ ਪੁੱਤ ਚਲੇ ਗਏ ਹੈ, ਉਹਨਾਂ ਦੀਆਂ ਨੌਜਵਾਨ ਵਿਧਵਾ ਹੈਗੀਆਂ, ਉਹਨਾਂ ਨੂੰ ਸਰਕਾਰ ਦੀ ਨੌਕਰੀ ਦੇਣੀ ਚਾਹੀਦੀ ਹੈ ਅਤੇ ਕਰੀਬ 50 ਲੱਖ ਰੁਪਈਆ ਹਰੇਕ ਬਜ਼ੁਰਗ ਨੂੰ ਦੇਣਾ ਚਾਹੀਦਾ ਮੁਆਵਜ਼ਾ। ਤਾਂ ਸਾਰਾ ਕੁਛ ਮੈਂ ਦੇਖਿਆ, 21 ਘਰਾਂ ਦੇ ਵਿੱਚ ਮੈਂ ਗਿਆ ਅਤੇ 21 ਬੰਦਿਆਂ ਦਾ ਆਪ ਖੁਦ ਸੰਸਕਾਰ ਕਰਾਇਆ ਹੈਗਾ।